ਤੇ ਇਕੱਲੀ ਔਰਤ ਤਿੰਨ ਲੁਟੇਰਿਆਂ ਦੇ ਨਾਲ ਭਿੜੀ ਏ। ਜੀ ਹਾਂ, ਘਰ 'ਚ ਨਕਾਬਪੋਸ਼ ਤਿੰਨ ਲੁਟੇਰੇ ਬੜੇ ਤਾਂ ਇਕੱਲੀ ਔਰਤ ਨੇ ਤਿੰਨਾਂ ਦਾ ਸਾਹਮਣਾ ਕੀਤਾ। ਤਿੰਨਾਂ ਵੱਲੋਂ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਦਰਵਾਜ਼ੇ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਇਹ ਤਿੰਨ ਲੁਟੇਰੇ ਕਰਦੇ ਰਹੇ, ਪਰ ਇਕੱਲੀ ਔਰਤ ਨੇ ਤਿੰਨਾਂ ਨੂੰ ਅੰਦਰ ਨਾ ਵੜਨ ਦਿੱਤਾ ਅਤੇ ਖੁਦ ਹੀ ਇਕੱਲਿਆਂ ਖਿੱਚ ਕੇ ਸੋਫਾ ਇਸ ਦਰਵਾਜ਼ੇ ਦੇ ਅੱਗੇ ਲਗਾ ਦਿੱਤਾ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਇੱਕ ਇਕੱਲੀ ਔਰਤ ਜੋ ਕਿ ਘਰ 'ਚ ਆਪਣੇ ਦੋ ਬੱਚਿਆਂ ਨਾਲ ਮੌਜੂਦ ਸੀ, ਤਾਂ ਇਹ ਇਕੱਲੀ ਹੀ ਔਰਤ ਤਿੰਨ ਲੁਟੇਰਿਆਂ ਦੇ ਨਾਲ ਭਿੜੀ ਏ। ਦਰਅਸਲ ਤਿੰਨ ਨਕਾਬਪੋਸ਼ ਲੁਟੇਰੇ ਕੰਧ ਟੱਪ ਕੇ ਘਰ ਦੇ ਅੰਦਰ ਵੜਦੇ ਨੇ, ਜਿਸ ਦੀਆਂ ਕਿ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਤਿੰਨ ਲੁਟੇਰੇ ਕੰਧ ਟੱਪ ਕੇ ਅੰਦਰ ਆਉਂਦੇ ਨੇ ਅਤੇ ਜਿਵੇਂ ਹੀ ਦਰਵਾਜ਼ੇ ਨੂੰ ਖੋਲ੍ਹ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਅੰਦਰ ਖੜੀ ਔਰਤ ਖਤਰੇ ਨੂੰ ਭਾਪ ਜਾਂਦੀ ਏ ਅਤੇ ਤਿੰਨਾਂ ਦਾ ਇਕੱਲਿਆਂ ਮੁਕਾਬਲਾ ਕਰਦੀ ਏ। ਵੱਲੋਂ ਨਾ ਸਿਰਫ ਤਿੰਨਾਂ ਲੁਟੇਰਿਆਂ ਨੂੰ ਵਾਪਿਸ ਮੋੜਿਆ ਗਿਆ, ਸਗੋਂ ਚੀਕ ਚਿਹਾੜਾ ਪਾ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀਆਂ ਚੀਕਾਂ ਸੁਣ ਕੇ ਆਂਢੀ ਗੁਆਂਢੀ ਇਕੱਠੇ ਹੋ ਗਏ ਅਤੇ ਲੁਟੇਰੇ ਡਰਦੇ ਹੋਏ ਮੌਕੇ ਤੋਂ ਭੱਜ ਖੜੇ ਹੋਏ। ਤਸਵੀਰਾਂ ਸਾਫ਼ ਦੱਸਦੀਆਂ ਨੇ ਕਿ ਕਿਸ ਕਦਰ ਇਸ ਇਕੱਲੀ ਔਰਤ ਨੇ ਬਹਾਦਰੀ ਦੇ ਨਾਲ ਇਹਨਾਂ ਤਿੰਨ ਲੁਟੇਰਿਆਂ ਦਾ ਨਾ ਸਿਰਫ ਸਾਹਮਣਾ ਕੀਤਾ, ਸਗੋਂ ਉਹਨਾਂ ਨੂੰ ਮੌਕੇ ਤੋਂ ਭੱਜਣ ਤੋਂ ਮਜਬੂਰ ਕਰ ਦਿੱਤਾ।
ਪੂਰਾ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਦੇ ਸਟਾਰ ਐਵਨਿਊ ਇਲਾਕੇ 'ਚੋਂ ਸਾਹਮਣੇ ਆਇਆ, ਜਿੱਥੇ ਕਿ ਤਿੰਨ ਬਦਮਾਸ਼ਾਂ ਵੱਲੋਂ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਘਰ 'ਚ ਮੌਜੂਦ ਇਕੱਲੀ ਔਰਤ ਨੇ ਇਹਨਾਂ ਦਾ ਸਾਹਮਣਾ ਕੀਤਾ, ਜਿਸ ਤੋਂ ਬਾਅਦ ਇਹਨਾਂ ਲੁਟੇਰਿਆਂ ਨੂੰ ਮੌਕੇ ਤੋਂ ਭੱਜਣਾ ਪਿਆ। ਪੀੜਤ ਔਰਤ ਮੁਤਾਬਕ ਉਹ ਘਰ 'ਚ ਇਕੱਲੀ ਮੌਜੂਦ ਸੀ, ਜਦਕਿ ਉਸਦੇ ਦੋ ਛੋਟੇ ਬੱਚੇ ਵੀ ਉਸਦੇ ਨਾਲ ਘਰ ਵਿੱਚ ਹੀ ਸਨ, ਅਤੇ ਜਦੋਂ ਉਹ ਲੁਟੇਰੇ ਘਰ ਦੇ ਅੰਦਰ ਵੜੇ ਤਾਂ ਉਸਨੇ ਖਤਰੇ ਨੂੰ ਪਹਿਲਾਂ ਹੀ ਭਾਂਪ ਲਿਆ ਅਤੇ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਉਸਨੇ ਦਰਵਾਜ਼ੇ ਨੂੰ ਕੁੰਡੀ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਲੁਟੇਰੇ ਬਾਹਰੋਂ ਦਰਵਾਜ਼ਿਆਂ ਨੂੰ ਧੱਕੇ ਮਾਰਦੇ ਰਹੇ, ਪਰ ਉਹ ਪਿੱਛੇ ਨਾ ਹਟੀ ਅਤੇ ਤਿੰਨਾਂ ਲੁਟੇਰਿਆਂ ਨੂੰ ਉਸ ਦੀਆਂ ਚਿੱਕਾਂ ਸੁਣ ਕੇ ਵਾਪਸ ਭੱਜਣਾ ਪਿਆ। ਹਾਂਜੀ ਮੈਮ, ਆਪਣਾ ਨਾਮ? ਕੀ ਘਟਨਾ ਵਾਪਰੀ ਹੈ ਅਤੇ ਕਦੋਂ ਦਾ ਸਮਾਂ, ਕੀ ਸਮਾਂ ਜੀ? ਜੀ ਉਸ ਟਾਈਮ ਦਾ ਹਾਲਾਤ ਕੀ ਸੀ ਤੁਹਾਡੇ, ਕਿਉਂਕਿ ਇੱਕ ਬਹਿਣਾ ਨੂੰ ਬਹੁਤ ਮੁਸ਼ਕਿਲ ਹੁੰਦਾ, ਤਿੰਨ ਨੌਜਵਾਨ ਸਨ? ਹੁਣ ਕੀ ਮੰਗ ਕੀ ਕਰਦੇ ਤੁਸੀਂ? ਕੰਧ ਟੱਪ ਕੇ ਘਰ ਆਏ ਸੀ, ਬੂਹਾ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ? ਉੱਧਰ ਪੀੜਤ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਹ ਇੱਕ ਸੁਨਿਆਰੇ ਦਾ ਕੰਮ ਕਰਦਾ ਹੈ, ਉਸਦੀ ਬਾਜ਼ਾਰ 'ਚ ਦੁਕਾਨ ਹੈ, ਅਤੇ ਜਿਵੇਂ ਹੀ ਉਸਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਦੌੜਦਾ ਹੋਇਆ ਆਪਣੇ ਘਰ ਪਹੁੰਚਿਆ। ਉਸਨੇ ਪੁਲਿਸ 'ਤੇ ਢਿੱਲੀ ਕਾਰਵਾਈ ਕਰਨ ਦੇ ਇਲਜ਼ਾਮ ਵੀ ਲਗਾਏ, ਨਾਲ ਹੀ ਉਸਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਉਸਨੂੰ ਆਪਣੀ ਸੁਰੱਖਿਆ ਦੇ ਲਈ ਇੱਕ ਲਾਇਸੈਂਸੀ ਹਥਿਆਰ ਵੀ ਜਾਰੀ ਕੀਤਾ ਜਾਵੇ। ਕੀ ਨਾਮ ਆਪਣਾ? ਨਾਮ ਜਗੀਰ ਸਿੰਘ ਹੈਗਾ ਜੀ। ਤੇ ਕਿਹੜਾ ਇਲਾਕਾ ਜੀ? ਜਿਹੜਾ ਸਟਾਰ ਐਵਨਿਊ ਕਲੋਨੀ ਹੈਗੀ ਹੈ ਜੀ। ਤੇ ਕੀ ਘਟਨਾ ਵਾਪਰੀ ਹੈ ਸਰ? ਘਟਨਾ ਜੀ, ਮੈਂ ਦੁਕਾਨ 'ਤੇ ਸੀ, ਮੇਰਾ ਗੋਲ ਦਾ ਕੰਮ ਹੈਗਾ ਹੈਗਾ ਵਾ, ਮੁਸਤਾਵਾ ਦੁਕਾਨ ਮੇਰੀ ਹੈ ਜੀ ਦੀ। ਮੈਨੂੰ ਘਰਦਿਆਂ ਦਾ ਫੋਨ ਆਉਂਦਾ ਵਾ ਮੇਰੀ ਸਿਸਟਰ ਦਾ ਕਿ ਫੋਨ ਦੇ ਵਿੱਚ ਚੀ ਝਾੜਾ ਪੈਣ ਦਾ, ਘਰ ਜਾ ਕੇ ਵੇਖੋ। ਮੈਂ ਉਸ ਵੇਲੇ ਦੁਕਾਨ ਛੱਡ ਕੇ ਅਤੇ ਘਰ ਆਉਂਦਾ ਵਾਂ, ਅਤੇ ਘਰ ਆਉਂਦਾ ਵੇਖਦਾ ਵਾਂ ਸਾਰਾ ਲਾਗੇ ਲਾਗੇ ਗੁਆਂਢ ਇਕੱਠਾ ਹੋਇਆ ਚੀਜ਼ ਦਾ। ਜਦੋਂ ਮੈਂ ਘਰਦਿਆਂ ਨੂੰ ਪੁੱਛਦਾ ਵਾਂ ਕੀ ਗੱਲ ਹੋਈ ਆ ਚੀਜ਼ ਦੀ, ਘਰਦਿਆਂ ਨੇ ਦੱਸਿਆ ਕਿ ਕੰਧ ਟੱਪ ਕੇ ਤਿੰਨ ਮੁੰਡੇ ਸੀ, ਮੂੰਹ ਮਾਲ ਲਪੇਟਿਆ ਸੀ ਸਾਰਾ, ਅਤੇ ਬਾਅਦ 'ਚੋਂ ਪਹਿਲੇ ਦਰਵਾਜ਼ਾ ਇਹਨਾਂ ਨੇ ਤੋੜਤਾ, ਦੂਸਰੇ ਬੜੀ ਮੁਸ਼ਕਿਲ ਕੀਤੀ ਅੰਦਰ ਵੜਨ ਦੀ, ਪਰ ਘਰਦਿਆਂ ਮੇਰੇ ਨੇ ਅੰਦਰ ਨਹੀਂ ਵੜਨ ਦਿੱਤਾ ਚੀਜ਼ ਦਾ, ਅਤੇ ਦੁਬਾਰਾ ਚਿਟਕਣੀ ਮਾਰਤੀ ਚੀਜ਼ ਦੀ। ਇੱਕ ਤਾਂ ਮੈਨੂੰ ਪੈਂਟ ਵਿੱਚ ਕੋਈ ਹਥਿਆਰ ਸੀ ਇਹਨਾਂ ਦੇ, ਜਿਹੜਾ ਮਾੜਾ ਜਿਹਾ ਵੇਖਿਆ ਗਿਆ ਚੀਜ਼ ਦਾ, ਪਤਾ ਨਹੀਂ ਕੀ ਚੀਜ਼ ਸੀ, ਵੈਪਨ ਸੀ ਕੀ ਹਥਿਆਰ ਸੀ। ਅਤੇ ਬਾਅਦ 'ਚ ਅਸੀਂ SSO ਸਾਹਿਬ ਨੂੰ 4:30 ਗਏ ਹਾਂ ਰਿਪੋਰਟ ਲਿਖਾਉਣ, ਅਤੇ SSO ਨਾਲ ਗੱਲ ਕੀਤੀ। SSO ਨੇ ਸੰਦੀਪ ਸ਼ਰਮਾ ਨੂੰ ਕਹਿ ਦਿੱਤਾ ਚੀਜ਼ ਦਾ, ਮਾੜਾ ਜਿਹਾ ਮੌਕਾ ਵੇਖ ਕੇ ਚਲ ਗਏ ਆ, ਚਲ ਗਏ। ਅਤੇ ਬਾਅਦ 'ਚੋਂ ਫਿਰ SSO ਨੂੰ ਅਸੀਂ ਕਿਹਾ ਕਿ 8 ਕੀ ਕਾਪੀ ਦੇ ਦਿਉ FIR ਦੀ ਜੀ, ਉਹ ਕਹਿੰਦੇ ਗਸ਼ਤ 'ਤੇ ਗਏ ਹੈਗੇ ਜੀ। ਦੇਖੋ ਗਸ਼ਤ ਜ਼ਰੂਰੀ ਆ ਕਿ ਆਹ ਚੀਜ਼ ਜ਼ਰੂਰੀ ਆ, ਪਹਿਲਾਂ ਸਾਨੂੰ ਇਹੋ ਚੀਜ਼ ਤੁਸੀਂ ਮੰਗ ਕੀ ਕਰਦੇ ਹੋ ਜੀ? ਮੰਗ ਇਹੋ ਕਰਦੇ ਹਾਂ ਕਮਿਸ਼ਨ ਸਾਹਿਬ ਜੀ ਕਰਕੇ, ਭਗਵੰਤ ਮਾਨ ਕਰਕੇ, ਕਿ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ,
ਮੈਂ ਇਹੋ ਕਹਿੰਦਾ ਕਿ ਲਾਗੇ ਸਾਰੇ ਕੋਈ ਨਹੀਂ ਹੈਗਾ, ਮੈਨੂੰ ਵੈਪਨ ਵੀ ਅਪਲਾਈ ਕੀਤਾ ਦਿੱਤਾ ਜਾਵੇ ਚੀਜ਼। ਤੁਸੀਂ ਅਪਲਾਈ ਕੀਤਾ ਪਹਿਲਾਂ ਜੀ ਵੈਪਨ? ਨਹੀਂ, ਮੈਂ ਅਪਲਾਈ ਨਹੀਂ ਕੀਤਾ ਭਾਜੀ। ਕਿਸੇ ਨਾਲ ਤੁਹਾਡੀ ਦੁਸ਼ਮਣੀ ਹੋਵੇ ਪਹਿਲਾਂ? ਨਹੀਂ, ਕੋਈ ਦੁਸ਼ਮਣੀ ਜੀ। ਕਾਰੋਬਾਰ ਕੀ ਹੈ ਜੀ ਆਪਣਾ? ਮੇਰਾ ਸੋਨੇ ਵਾਲੇ ਦਾ ਕੰਮ ਹੈਗਾ ਜੀ, ਮੁਸਤਾਬਾ ਦੁਕਾਨ ਹੈਗੀ ਆ। ਕਿੰਨੇ ਸੀਸੀਟੀਵੀ ਕੈਮਰੇ ਲੱਗੇ ਜੀ? ਚਾਰ ਲੱਗੇ ਜੀ ਭਾਜੀ ਕੈਮਰੇ। ਸਾਰੀ ਰਿਕਾਰਡਿੰਗ ਹੋਈ ਹੈ ਜੋ ਕਰਨਾ ਹੋਵੇ? ਹਾਂ ਜੀ, ਸਾਰੀ ਰਿਕਾਰਡਿੰਗ ਹੋਈ ਜੀ। ਤੇ ਪੁਲਿਸ ਪਹੁੰਚੀ ਮੌਕੇ ਤੇ ਜੀ? ਮੌਕੇ ਤੇ ਭਾਜੀ ਹੁਣ 7:30 ਵਜੇ ਐਸ ਐਸ ਓ ਸਾਹਿਬ ਆਏ ਤੇ 4 ਵਜੇ ਆਏ ਸੀ ਕਿੰਨਾ ਵਾ ਸਿਰ ਮੁਲਾਜ਼ਮ ਸਾਹਿਬ ਆਏ ਸੀ, ਜਿਹੜਾ ਲਾਗੇ ਲਾਗੇ ਮੌਕਾ ਵੇਖ ਕੇ ਚੱਲ ਗਏ ਸੀ ਜੀ। ਪਰ ਲੱਗਦਾ ਕਿ ਜੇ ਤੁਹਾਡੀ ਬਿਸੀ ਦੇ ਵੱਲੋਂ ਦਰਵਾਜ਼ਾ ਨਾ ਬੰਦ ਕੀਤਾ ਤਾਂ ਵੱਡਾ ਫਿਰ ਵੇਖੋ ਜੀ, ਬੱਚਿਆਂ ਦੇ ਵੀ ਹੋ ਸਕਦੀ ਸੀ ਅਤੇ ਜਾਂ ਮਿਸ ਦੀ ਹੋ ਸਕਦੀ, ਕੋਈ ਤਗੜੀ ਵਾਰਦਾ ਤਾਂ ਹੋ ਸਕਦੀ ਸੀ। ਅਤੇ ਕਿਉਂਕਿ ਵੇਖੋ ਜੀ, ਜਿੱਦਾਂ ਨੇ ਬੂਹਾ ਪਹਿਲਾਂ ਤੋੜਤਾ, 3 ਜਣਿਆਂ ਨੇ ਬੜੀ ਕੋਸ਼ਿਸ਼ ਕੀਤੀ ਅੰਦਰ ਵੜਨ ਦੀ, ਜੇ ਅੰਦਰ ਵੜ ਜਾਂਦੇ ਇਹ ਤਾਂ ਬੱਚਿਆਂ ਨੂੰ ਮਾਰ ਦੇਣਾ ਸੀ ਜਾਂ ਮੇਰੇ ਘਰਦਿਆਂ ਨੂੰ ਮਾਰ ਦੇਣਾ ਸੀ ਚੀਜ਼ ਦਾ। ਮੈਂ ਹੁਣ ਵੇਖੋ ਵੇਖਣਾ ਚਾਹੁੰਦਾ, ਹੱਥ ਜੋੜ ਕੇ ਬੇਨਤੀ ਕਰਦਾ ਵਾਂ ਭਗਵੰਤ ਮਾਨ ਜੀ ਨੂੰ, ਕਮਿਸ਼ਨ ਸਾਹਿਬ ਜੀ ਨੂੰ, ਕਿ ਜਲਦੀ ਜਲਦੀ ਇਹਨਾਂ ਨੂੰ ਫੜਿਆ ਜਾਵੇ, ਕੱਲ੍ਹ ਨੂੰ ਹੋਰ ਕਿਸੇ ਨਾਲ ਵਾਰਦਾਤ ਨਾ ਹੋਏ ਚਾਹੀਦਾ। ਠੀਕ, ਮੈਂ ਇਹੋ ਅਪਲਾਈ ਕਰਨਾ ਚਾਹੁੰਦਾ, ਸਾਨੂੰ ਕਹਿੰਦਾ ਚਾਹੁੰਦਾ ਕਿ ਮੈਨੂੰ ਵੈਪਨ ਦਿੱਤਾ ਜਾਵੇ। ਠੀਕ, ਜਦਕਿ ਉੱਧਰ ਮੌਕੇ 'ਤੇ ਪੁਲਿਸ ਟੀਮਾਂ ਵੀ ਪਹੁੰਚੀਆਂ, ਜਿਨ੍ਹਾਂ ਵੱਲੋਂ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਬੀਤੇ ਸ਼ਾਮ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਘਰ ਵਿੱਚ 3 ਲੁਟੇਰੇ ਦਾਖਲ ਹੋਏ ਨੇ, ਜਿਨ੍ਹਾਂ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਟੀਮਾਂ ਵੱਲੋਂ ਹੁਣ ਇਹਨਾਂ ਲੁਟੇਰਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਹਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਹਾਂਜੀ ਮੈਡਮ, ਕੀ ਮਾਮਲਾ ਜੀ? ਕੱਲ੍ਹ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ, ਨਾਲ ਆਪਣੇ ਦੋ ਬੱਚਿਆਂ ਦੇ ਹਸਬੈਂਡ, ਉਹਦੇ ਸੁਨਿਆਰਾ ਹੈਗਾ ਜੀ, ਉਹਨਾਂ ਦੀ ਦੁਕਾਨ ਹੈ ਇਸਤੇ ਮੁਸਤਾਬਾਦ ਬਟਾਲਾ ਰੋਡ 'ਤੇ। ਆਪਣੇ ਘਰ ਇਕੱਲੀ ਸੀ ਬੱਚਿਆਂ ਦੇ ਨਾਲ, ਅਤੇ 3 ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ। ਅਤੇ ਕੀ ਸਾਹਮਣੇ ਆਇਆ ਜੀ? ਹੁਣ ਵੇਖੋ ਜੀ, ਤਫਤੀਸ਼ ਕਰ ਰਹੇ ਹਾਂ, ਬੰਦੇ ਵੈਰੀਫਾਈ ਕਰ ਰਹੇ ਹਾਂ, ਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਡੀਓ ਦੇ ਵਿੱਚ ਆਏ ਆ ਜੀ? ਵੀਡੀਓ ਦੇ ਵਿੱਚ 3 ਜਣੇ ਆਏ ਜੀ, ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲੈਂਦੇ ਜਾਣ। ਅੰਮ੍ਰਿਤਸਰ ਦੇ ਥਾਣਾ ਵੇਰਕਾ ਦੇ ਸਟਾਰ ਐਵਨਿਊ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ 3 ਲੁਟੇਰਿਆਂ ਵੱਲੋਂ ਇੱਕ ਘਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਘਰ ਦੀ ਮਾਲਕਿਨ ਜੋ ਕਿ ਘਰ ਦੇ ਵਿੱਚ ਮੌਜੂਦ ਸੀ, ਉਸਦੇ ਸਾਹਮਣੇ ਉਹਨਾਂ ਦੀ ਇੱਕ ਨਾ ਚੱਲੀ ਅਤੇ ਉਹਨਾਂ ਨੂੰ ਡਰ ਕੇ ਵਾਪਸ ਭੱਜਣਾ ਪਿਆ। ਉੱਧਰ ਜਿੱਥੇ ਇਸ ਔਰਤ ਦੀ ਦਲੇਰੀ ਨੇ ਘਰ 'ਚ ਲੁੱਟ ਹੋਣ ਤੋਂ ਰੋਕ ਦਿੱਤੀ ਹੈ, ਉੱਥੇ ਹੀ ਹਰ ਕੋਈ ਇਸ ਔਰਤ ਦੀ ਤਾਰੀਫ ਵੀ ਕਰ ਰਿਹਾ ਹੈ ਅਤੇ ਇਸ ਨੂੰ ਦਾਦ ਵੀ ਦੇ ਰਿਹਾ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਸੈਂਟਰਲ ਪੰਜਾਬ TV।